ਗੁਜਰਾਤ ਦੇ ਗਾਂਧੀਨਗਰ ਵਿਖੇ ਸ਼ੁਰੂ ਹੋਈ 13ਵੀਂ ਅੰਤਰਰਾਸ਼ਟਰੀ ਕਨਵੈਨਸ਼ਨ COP ਵਿੱਚ ਪੰਜਾਬ ਸਰਕਾਰ ਵੱਲੋਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਮੂਲੀਅਤ ਕੀਤੀ। ਇਸ ਕਨਵੈਨਸ਼ਨ ਦੇ ਦੌਰਾਨ 194 ਦੇਸ਼ਾਂ ਦੇ ਪ੍ਰਤੀਨਿਧੀ ਅਤੇ ਕਈ NGOs ਨੇ ਹਿੱਸਾ ਲਿਆ। ਭਾਰਤ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਇਸ ਕਨਵੈਨਸ਼ਨ ਦਾ ਆਗਾਜ਼ ਜੰਗਲਾਤ, ਇਨਵਾਇਰਨਮੈਂਟ ਅਤੇ ਕਲਾਈਮੇਟ ਚੇਂਜ ਵਿਭਾਗ ਦੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੱਲੋਂ ਵੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਦੇਸ਼ ਵਿੱਚ ਪ੍ਰਵਾਸੀ ਜੀਵ ਜੰਤੂ ਅਤੇ ਪੰਛੀਆਂ ਦੀ ਆਮਦ ਅਤੇ ਉਹਨਾਂ ਦੇ ਠਹਿਰਾਵ ਦੇ ਪ੍ਰਬੰਧ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਵਾਸੀ ਜੀਵਾਂ ਦੇ ਰੱਖ ਰਖਾਵ ਅਤੇ ਉਹਨਾਂ ਦੇ ਖਾਣ ਪੀਣ ਅਤੇ ਰਹਿਣ ਲਈ ਢੁਕਵੇਂ ਪ੍ਰਬੰਧਾਂ ਸੰਬੰਧੀ ਅੰਤਰਰਾਸ਼ਟਰੀ ਪੱਧਰ 'ਤੇ ਇੰਨੀ ਵੱਡੀ ਕਨਵੈਨਸ਼ਨ ਹੋਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਧਰਮਸੋਤ ਨੇ ਦੱਸਿਆ ਕਿ ਸਾਡੇ ਦੇਸ਼ ਭਾਰਤ ਅਤੇ ਖਾਸ ਕਰਕੇ ਪੰਜਾਬ 'ਚ ਹਰ ਸਾਲ ਵੱਖ ਵੱਖ ਸਮੇਂ 'ਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵੱਖ ਵੱਖ ਪ੍ਰਜਾਤੀਆਂ ਦੇ ਪ੍ਰਵਾਸੀ ਜੀਵ ਆਉਂਦੇ ਨੇ, ਜਿਨ੍ਹਾਂ ਲਈ ਜੰਗਲਾਤ ਵਿਭਾਗ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਨੇ। ਇਸ ਕਾਨਫਰੰਸ ਵਿੱਚ ਉਹਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਅਤੇ ਹੋਰ ਵਧੀਆ ਵਾਤਾਵਰਨ ਮੁਹੱਈਆ ਕੀਤੇ ਜਾਣ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਅਤੇ ਨਵੇਂ ਐਕਸ਼ਨ ਪਲਾਨ ਬਣਾਏ ਗਏ ਤਾਂ ਜੋ ਭਾਰਤ ਵਿੱਚ ਪ੍ਰਵਾਸੀ ਪੰਛੀਆਂ ਦੀ ਆਮਦ ਵੱਧ ਸਕੇ। CMS ਕੌਪ 13ਵਾਂ ਜੋ ਹਿੰਦੁਸਤਾਨ ਦੀ ਧਰਤੀ 'ਤੇ ਹੋ ਰਿਹਾ ਗੁਜਰਾਤ 'ਚ ਗਾਂਧੀਨਗਰ 'ਚ, ਔਰ ਇੱਥੇ ਜਿਹੜੇ ਪ੍ਰਵਾਸੀ ਪੰਛੀ ਆਉਂਦੇ ਹੈ ਉਹਨਾਂ 'ਤੇ ਵਿਚਾਰਾਂ ਹੋਈਆਂ ਨੇ, ਕਿਹੜੇ ਕਿਹੜੇ ਪੰਛੀ ਇੱਥੇ ਆ ਕੇ ਰਹਿਣ ਬਸੇਰਾ ਕਰਕੇ ਜਾਂਦੇ ਨੇ, ਉਹਨਾਂ ਨੂੰ ਕੀ ਔਕੜਾਂ ਆਉਂਦੀਆਂ ਨੇ, ਔਰ ਉਹ ਕਦੋਂ ਜਾਂਦੇ ਨੇ, ਕਦੋਂ ਆਉਂਦੇ ਨੇ, ਉਹਨਾਂ ਪੰਛੀਆਂ ਦੇ ਰਖਾਓ ਵਾਸਤੇ, ਉਹਨਾਂ ਦੇ ਜੀਵਨ ਵਾਸਤੇ, ਉਹਨਾਂ ਦੇ ਕਿਸਮਾਂ ਵਾਸਤੇ ਸਾਰੀਆਂ ਵਿਚਾਰਾਂ ਹੋ ਗਈਆਂ ਨੇ। ਮੈਂ ਸਮਝਦਾ ਕਿ 13 ਸਾਲ ਤੋਂ ਬਾਅਦ, ਕਿਉਂਕਿ ਜਿੱਥੇ 200 ਮੁਲਕਾਂ ਦੇ ਸਾਰੀ ਮਿਨਿਸਟਰੀ ਇੱਕ ਜਗ੍ਹਾ ਇਕੱਠੀ ਹੁੰਦੀ ਹੈ, ਅੱਜ ਵੀ ਇੱਥੇ 170 ਮੁਲਕਾਂ ਦੇ ਮਿਨਿਸਟਰ ਸਾਹਿਬਾਨ ਸਾਰੇ ਆਏ ਨੇ, ਵਾਈਲਡ ਲਾਈਫ ਫੋਰੈਸਟ ਵਾਲੇ, ਔਰ ਸਾਡੇ ਵੀ ਪੰਜਾਬ ਤੋਂ ਇੱਥੇ ਮੈਂ ਆਇਆ ਔਰ ਨਾਲ ਸਾਰੇ ਅਧਿਕਾਰੀ ਆਏ ਨੇ ਜੋ ਸਾਰੀਆਂ ਇਹਨਾਂ ਮੀਟਿੰਗਾਂ ਦੇ ਵਿੱਚ ਵਿਚਾਰਾਂ ਕਰਨਗੇ ਕਿ ਸਾਡਾ ਅਸੀਂ ਇਹਨਾਂ ਨੂੰ ਪੰਛੀਆਂ ਨੂੰ ਕਿਵੇਂ ਬਚਾ ਸਕਦੇ ਹਾਂ, ਕਿਵੇਂ ਇਹਨਾਂ ਦਾ ਰੱਖ ਰਖਾਓ ਕਰ ਸਕਦੇ ਹਾਂ, ਕਿਹੜੇ ਪੰਛੀਆਂ ਦੀ ਸਾਨੂੰ ਜ਼ਰੂਰਤ ਹੈ ਜਿਹੜੇ ਅੱਜ ਹੈ ਨਹੀਂ ਸਾਡੇ ਕੋਲ, ਉਹ ਕਿਵੇਂ ਚਲੇ ਗਏ, ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ, ਔਰ ਪ੍ਰਵਾਸੀ ਜਿਹੜੇ ਆਉਂਦੇ ਨੇ ਸਾਡੇ ਕੋਲੋਂ, ਜੇ ਇਸ ਵਾਰੀ 200 ਆਇਆ ਤਾਂ ਇਹ ਨਾ ਹੋਵੇ ਅੱਗੇ ਨੂੰ 100 ਆਏ, ਉਹਨਾਂ ਦੇ ਰੱਖ ਰਖਾਓ ਵਾਸਤੇ, ਉਹਨਾਂ ਵਾਸਤੇ ਅੱਗੇ ਨੂੰ ਲੱਖਾਂ ਦੀ ਤਾਦਾਦ 'ਚ ਸਾਡੇ ਇੰਡੀਆ ਦੇ ਵਿੱਚ ਜੋ ਪ੍ਰਵਾਸੀ ਜਾਨਵਰ ਨੇ ਉਹ ਆਉਣ, ਉਹਨਾਂ ਵਾਸਤੇ ਸਾਰੀਆਂ ਵਿਚਾਰਾਂ ਹੋਣੀਆਂ ਨੇ। ਮੈਂ ਸਮਝਦਾ ਕਿ ਬਹੁਤ ਅੱਛੀ ਗੱਲ ਹੋਈ ਹੈ ਪੰਛੀਆਂ ਦੇ ਰੱਖ ਰਖਾਓ ਵਾਸਤੇ, ਭਾਰਤ ਦੀ ਧਰਤੀ 'ਤੇ ਅੱਜ ਵਿਚਾਰਾਂ ਹੋਣੀਆਂ ਨੇ, ਔਰ ਮੈਂ ਸਮਝਦਾ ਕਿ ਜਿੱਥੇ ਪੰਛੀਆਂ ਵਾਸਤੇ ਉੱਥੇ ਸਾਨੂੰ ਸਾਰਿਆਂ ਨੂੰ ਪੋਲੀਟੀਕਲ ਬੰਦਿਆਂ ਨੂੰ ਕਰਨੀਆਂ ਪੈਣਗੀਆਂ। ਪੰਛੀਆਂ ਵਾਸਤੇ ਬਿਲਕੁਲ ਠੀਕ ਹੈ ਅਸੀਂ ਕਰਨਾ, ਲੇਕਿਨ ਇਨਸਾਨੀਅਤ, ਜਾਤ ਮਜ਼ਹਬ ਧਰਮ 'ਤੇ ਜੋ ਅਸੀਂ ਵੰਡੇ ਬੈਠੇ ਹਾਂ, ਇਹਨੂੰ ਵੀ ਪਰਮਾਤਮਾ ਦਾ ਰੂਪ ਦੇਖ ਕੇ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਨੂੰ ਇਨਸਾਨਾਂ ਨੂੰ ਵੀ ਵੰਡਣ ਤੋਂ ਗੁਰੇਜ਼ ਕਰਨਾ ਪਏਗਾ, ਔਰ ਸਾਰੇ ਹੀ ਪਰਮਾਤਮਾ ਦੇ ਬਣਾਏ ਹੋਏ ਅਸੀਂ ਬੰਦੇ ਹਾਂ, ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਔਰ ਦੇਖੋ, ਅਸੀਂ ਪ੍ਰਵਾਸੀ ਜੋ ਜਾਨਵਰ ਨੇ, ਜੋ ਸਾਡੇ ਪੰਛੀ ਆ ਰਹੇ ਨੇ, ਉਹਨਾਂ ਨੂੰ ਕਿੰਨਾ ਪਿਆਰ ਕਰ ਰਹੇ ਹਾਂ, ਅਸੀਂ ਦੇਸ਼ 'ਚ ਵੀ ਇੱਕ ਦੂਜੇ ਨਾਲ ਗਲਵਕੜੀਆਂ ਪਾ ਕੇ ਇੱਕ ਦੂਜੇ ਨੂੰ ਪਿਆਰ ਕਰੀਏ, ਨਫ਼ਰਤ ਦੇ ਜਿਹੜੇ ਕੰਡੇ ਬੀਜਦੇ ਨੇ ਉਹਨਾਂ ਨੂੰ ਆਪਣੇ ਆਪ ਸਭ ਕੁਝ ਸਿੱਖਣਾ ਚਾਹੀਦਾ, ਕਿ ਜਦੋਂ ਅਸੀਂ ਪੰਛੀਆਂ ਨੂੰ ਪਿਆਰ ਕਰਨਾ ਸਿਖਾ ਰਹੇ ਹਾਂ
ਪੰਛੀਆਂ ਦਾ ਧਿਆਨ ਰੱਖਦੇ ਹਾਂ ਔਰ ਪੰਛੀਆਂ ਦਾ ਧਿਆਨ ਰੱਖਣ ਵਾਲੇ ਜੋ ਇਨਸਾਨੀਅਤ ਆ ਇਹਦੇ ਨਾਲ ਜਿਹੜੀਆਂ ਨਫ਼ਰਤ ਹੈ ਨਫ਼ਰਤ ਦੀਆਂ ਜੜ੍ਹਾਂ ਨੂੰ ਖਤਮ ਕਰਨਾ ਚਾਹੀਦਾ। ਆਵਾਜ਼ ਏ ਕੰਮ ਟੀਵੀ ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।